ਬਹਿ ਗਏ ਹਾਂ ਜੀ ਅਸੀਂ ਇੱਕ ਐਸੇ ਰਸਤੇ 'ਤੇ ਜਿੱਥੇ ਜਾਣ ਦਾ ਇੱਕ ਬੜਾ ਹੀ ਮਨ ਕਰਦਾ ਸੀ ਬੜੇ ਚਿਰ ਤੋਂ, ਅਤੇ ਉੱਥੇ ਪਹੁੰਚਣ ਵਾਲੇ ਹਾਂ ਬਸ। ਹੁਣ ਉਤਰਨ ਲੱਗਿਆ ਜੀ ਆਪਾਂ ਆਫ ਰੋਡਿੰਗ ਵਾਲੇ ਰਸਤੇ ਦੇ ਉੱਪਰ, ਬਿਲਕੁਲ ਕੱਚਾ ਰਸਤਾ। ਓਏ ਹੋਏ 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 ਹੋਏ, ਕਿਆ ਬਾਤ ਹੈ, ਕਿਹੜੇ ਜੰਗਲਾਂ 'ਚ ਵੜਿਆ ਏ। ਐਂਟਰੀ ਦੇਖੇ ਦਰਬਾਰ ਸਾਹਿਬ ਦੀ, ਇੱਥੇ ਨਲਕਾ ਲੱਗਿਆ। ਵਾਹਿਗੁਰੂ ਵਾਹਿਗੁਰੂ, ਪੂਰਾ ਪੂਰਾ ਪੁਰਾਣੇ ਜ਼ਮਾਨੇ ਵਾਂਗੂ ਟ੍ਰੈਡੀਸ਼ਨਲ ਚੀਜ਼ਾਂ ਦੋਸਤੋ, ਬਹੁਤ ਸੋਹਣਾ, ਬਹੁਤ ਹੀ ਅਦਭੁਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦਾ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ, ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ। ਤੇ ਅੱਜ ਅਸੀਂ ਬੜੀ ਘੈਂਟ ਜਗ੍ਹਾ ਤੇ ਜਾ ਰਹੇ ਹਾਂ। ਕੱਲ ਤੁਹਾਨੂੰ ਬਲੌਗ ਵਿੱਚ ਦੱਸਿਆ ਸੀ ਵੀ ਕਿੱਥੇ ਜਾਣਾ ਹੈ। ਨਾਲ ਸਾਡੇ ਨੇ ਮੰਮੀ ਡੈਡੀ ਅਨੂ ਤੇ ਇਬਾਦਤ ਪਿੱਛੇ ਬੈਠੀ ਆਪਣੀ ਮਾਸੀ ਕੋਲ, ਤੇ ਬਹੁਤ ਹੀ ਵਧੀਆ ਥਾਂ ਜਗ੍ਹਾ ਹੈ ਜਿੱਥੇ ਚੱਲੇ ਹਾਂ। ਉੱਥੇ ਅਸੀਂ ਵੀ ਪਹਿਲੀ ਵਾਰ ਚੱਲੇ ਹਾਂ ਕਿਉਂਕਿ ਅਸੀਂ ਇੰਸਟਾ ਦੀਆਂ ਰੀਲਸ ਤੇ ਉਹ ਚੀਜ਼ ਉਹ ਜਗ੍ਹਾ ਦੇਖੀ ਹੈ। ਇੰਸਟਾ ਰੀਲਸ ਵਿੱਚ ਬਹੁਤ ਫੇਮਸ ਸੀ, ਮੈਂ ਕਿਹਾ ਇੱਕ ਵਾਰੀ ਜਾਣਾ ਚਾਹੀਦਾ। ਔਰ ਵੈਸੇ ਵੀ ਸਾਨੂੰ ਐਡਵੈਂਚਰ ਪਸੰਦ ਹੈ, ਉਹ ਜਗ੍ਹਾ ਐਡਵੈਂਚਰਸ ਜੀ ਹੈਗੀ ਹੈ, ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਸਾਡੇ ਨਾਲ ਚੱਲੋ, ਕਿੱਥੇ ਜਾਂਦੇ ਹਾਂ ਤੇ ਕਿੰਨਾ ਫਨ ਕਰਦੇ ਹਾਂ। ਮੈਂ ਅਰਜ਼ ਕਰਦਾ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਵੀ ਉੱਥੇ ਡੈਫੀਨੇਟਲੀ ਜਾਓਗੇ, ਕਿਉਂਕਿ ਜੇ ਜਦੋਂ ਵਲੌਗ ਦੇ ਮਾਧਿਅਮ ਨਾਲ ਤੁਸੀਂ ਦੇਖੋਗੇ ਤੁਹਾਨੂੰ ਵਧੀਆ ਲੱਗੇਗੀ ਉਹ ਜਗ੍ਹਾ, ਤੇ ਤੁਸੀਂ ਪੱਕਾ ਜਾਓਗੇ। ਸਹੀ ਗੱਲ ਆ, ਇੰਜੋਏ ਕਰਕੇ ਆਉਂਦੇ ਆਪਾਂ, ਪੂਰਾ ਆਨੰਦ ਲੈਣ ਆਏ ਆ। ਆਨੰਦ ਲੈਣ ਆਏ ਆਪਾਂ, ਵੈਸੇ ਬੇਸਿਕਲੀ ਜਾ ਰਹੇ ਲੁਧਿਆਣੇ ਵੱਲ। ਹਾਂ, ਲੁਧਿਆਣੇ ਵੱਲ ਜਾ ਰਹੇ ਹਾਂ। ਔਰ ਬੜੇ ਭੈਣਾਂ ਦੇ ਵੀਰਾਂ ਦੇ ਮੈਸੇਜ ਆਣਗੇ, ਕਮੈਂਟ ਆਣਗੇ, ਤੁਸੀਂ ਸਾਨੂੰ ਦੱਸਣਾ ਸੀ, ਕਿਉਂਕਿ ਸਾਡਾ ਵੀ ਕੱਲ ਅਸੀਂ ਮਤਲਬ ਅਚਾਨਕ ਹੀ ਪ੍ਰੋਗਰਾਮ ਬਣਾਇਆ, ਅਸੀਂ ਸੋਚ ਰਹੇ ਸੀ ਕਿੱਥੇ ਚੱਲਾਂਗੇ ਕਿੱਥੇ ਚੱਲਾਂਗੇ, ਫਿਰ ਉਸ ਹਿਸਾਬ ਨਾਲ ਅਸੀਂ ਸੋਚਿਆ ਚਲ ਉੱਥੇ ਚੱਲਦੇ ਹਾਂ, ਕਿਉਂਕਿ ਆਪਣੇ ਨਾ ਇਰਦ ਗਿਰਦ ਬੜੀਆਂ ਗਰਮੀਆਂ ਦੇ ਵਿੱਚ ਨਾ ਬੜੀਆਂ ਔਖੀਆਂ ਲੋਕੇਸ਼ਨਾਂ ਲੱਭਣੀਆਂ ਪੈਂਦੀਆਂ ਨੇ ਗਰਮੀ ਕਰਕੇ, ਬਹੁਤ ਸਾਫ਼ ਸੜਕਾਂ ਨੇ ਇੱਧਰ ਦੀਆਂ ਵੀ। ਸਹੀ ਗੱਲ ਹੈ, ਲੁਧਿਆਣੇ ਵੱਲ ਜਾਂਦੇ ਹੋ ਨਾ ਚੰਡੀਗੜ੍ਹ ਤੋਂ, ਸੜਕ ਬਾਹਲੀ ਜ਼ਿਆਦਾ ਵਧੀਆ ਹੈ, ਘੈਂਟ ਸੜਕ ਹੈ ਬਹੁਤ, ਔਰ ਟ੍ਰੈਫਿਕ ਘੱਟ ਆ ਸਭ ਤੋਂ ਵੱਡੀ, ਟ੍ਰੈਫਿਕ ਬਹੁਤ ਘੱਟ ਹੈ, ਦੇਖ ਹੀ ਸਕਦੇ ਹੋ ਤੁਸੀਂ ਆ ਵੇਖੋ। ਸਹੀ ਗੱਲ ਹੈ, ਰੋਡ ਵਧੀ ਵਧੀਆ, ਮੱਖਣ ਵਰਗੀ ਰੋਡ ਹੈ। ਇਹ ਸੜਕ ਜ਼ਿਆਦਾ ਵਧੀਆ ਲੱਗੀ ਕਿਉਂਕਿ ਖਾਲੀ ਸੜਕ ਹੈ। ਦੇਖੋ ਜਿਹੜੀਆਂ ਸਾਨੂੰ ਵਧੀਆ ਸੜਕਾਂ ਲੱਗਦੀਆਂ ਨੇ ਚੰਡੀਗੜ੍ਹ ਤੋਂ ਜਲੰਧਰ ਵਾਲੀ, ਲੁਧਿਆਣੇ ਵਾਲੀ, ਤੇ ਸਾਡੇ ਪਿੰਡ ਜਾਂਦੇ ਹਾਂ ਜਦੋਂ ਪਟਿਆਲੇ ਵਾਲੀ, ਉਹ ਵੀ ਕਿਤੇ ਨਾ ਕਿਤੇ ਠੀਕ ਹੈ। ਜਦੋਂ ਆਪਾਂ ਡੇਰਾ ਬੱਸੀ ਤੋਂ ਅੰਬਾਲੇ ਨੂੰ ਜਾਂ ਉੱਧਰ ਦਿੱਲੀ ਵਾਲੀ ਰੋਡ ਤੇ ਪੈ ਜਾਂਦੇ ਨਾ, ਉਹ ਬਹੁਤ ਟ੍ਰੈਫਿਕ ਵਾਲੀ ਸੜਕ ਹੈ, ਬਹੁਤ ਜ਼ਿਆਦਾ ਟ੍ਰੈਫਿਕ। ਬੜਾ ਹੀ ਘੈਂਟ ਮੌਸਮ ਹੋ ਗਿਆ ਬਾਹਰ, ਬੱਦਲਾਂ ਦੀਆਂ ਛਾਵਾਂ, ਮੰਮੀ ਕਹਿੰਦੀ ਸਾਡੀ ਵੀ ਟੁਕੜੀਆਂ ਆ ਗਈਆਂ ਨੇ, ਪਰ ਬੱਦਲਾਂ ਦੀਆਂ ਬੱਦਲਾਂ ਦੇ ਟੁਕੜੇ, ਪੀਸ 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 ਬੱਦਲਾਂ ਦੇ ਪੀਸ ਆ ਗਏ ਨੇ ਕਹਿੰਦੇ। ਔਰ ਇੱਥੇ ਬਹੁਤ ਸੋਹਣਾ ਏਰੀਆ ਵੀ, ਬਹੁਤ ਸੋਹਣਾ ਔਰ ਅੱਛਾ ਵੀ ਘੈਂਟ ਲੱਗ ਰਿਹਾ। ਹਾਏ, ਸਹੀ ਗੱਲ ਆ, ਬੱਦਲ ਮਿਲਾ ਤਾਂ, ਅੱਗੇ ਕਿਤੇ ਬਾਰਿਸ਼ ਪੈ ਰਹੀ ਆ, ਬਾਰਿਸ਼ ਪੈ ਰਹੀ ਆ, ਪਰ ਜਿੱਥੇ ਜਾ ਰਹੇ ਆ ਉੱਥੇ ਪੂਰੇ ਚਾਂਸਿਸ ਨੇ ਮੀਂਹ ਪੈ ਕੇ, ਜੇ ਚਿੱਕੜ ਹੋਣ ਦੇ ਜਿੱਥੇ ਆਪਾਂ ਚੱਲੇ ਆ, ਕਿਉਂਕਿ ਉਹ ਸਾਰੀ ਕੱਚੀ ਥਾਂ ਏ, ਤੇ ਹੋਪਫੁਲੀ ਮੀਂਹ ਉਸ ਟਾਈਮ ਨਾ ਪਵੇ, ਹਵਾਵਾਂ ਜ਼ਰੂਰ ਚੱਲ ਪੈਣ ਪਰ ਮੀਂਹ ਨਾ ਪਵੇ। ਸਹੀ ਗੱਲ ਆ। ਇਧਰਲੀ ਸਾਈਡ ਨਹਿਰ ਏ, ਅਨੂ ਕਹਿੰਦੀ ਮੈਂ ਭੱਜ ਕੇ ਜਾ ਕੇ ਫੋਟੋ ਖਿਚਾਵਾਂ, ਮੈਂ ਖਿੱਚੇਗਾ ਕੌਣ, ਮਤਲਬ ਤੇਰੇ ਨਾਲ ਇੱਕ ਜਣੇ ਇੱਕ ਜਣੇ ਨੂੰ ਤਾਂ ਜਾਣਾ ਪਊਗਾ ਨਾਲ, ਇਕੱਲੀ ਕਿਵੇਂ ਜਾਏਗੀ ਫੋਟੋ ਖਿਚਾਉਣ। ਸਹੀ ਗੱਲ ਆ। ਸੜਕ ਦੇ ਉੱਪਰ ਨਾ ਇਦਾਂ ਦੇ ਦਰਖਤ ਜਿਹੜੇ ਹੈਗੇ ਨਾ, ਹਰ ਹਾਈਵੇ ਤੇ ਹਰ ਥਾਂ ਤੇ ਹੋਣੇ ਚਾਹੀਦੇ ਨੇ, ਨਹੀਂ ਸਹੀ ਗੱਲ ਹੈ। ਜਿਵੇਂ ਆਪਣੇ ਇੱਧਰ ਸੜਕਾਂ ਬਣਾਈ ਜਾਂਦੇ ਨੇ ਨਾ, ਦਰਖਤ ਵੱਢੀ ਜਾਂਦੇ ਨੇ, ਉਹ ਕੰਮ ਬੜਾ ਔਖਾ ਹੋ ਜਾਂਦਾ, ਕਿਉਂਕਿ ਹਾਈਵੇ ਆਪਾਂ ਮਤਲਬ ਜਿਵੇਂ ਚੌੜੇ ਕਰੀ ਜਾਂਦੇ ਵੱਡੇ ਕਰੀ ਜਾਂਦੇ, ਤੇ ਜਿਹੜੇ ਦਰਖਤ ਹੁੰਦੇ ਨੇ ਉਹ ਮਤਲਬ ਅਸੀਂ ਕੱਟ ਦਿੰਨੇ ਆ, ਪਰ ਦੁਬਾਰਾ ਅਸੀਂ ਲਾ ਨਹੀਂ ਸਕਦੇ ਹੈਗੇ। ਸਹੀ ਗੱਲ ਹੈ, ਨਹੀਂ ਲਾ ਤਾਂ ਸਿੱਧੇ ਪੱਲਾਂ ਦੇ ਨਹੀਂ ਹੈ, ਉਹੀ ਤੇ ਗੱਲ ਆ ਨਾ, ਜਿਹੜੀ ਵੀ ਸੜਕਾਂ ਬਣਦੀਆਂ ਨੇ ਉਹਨਾਂ ਨੂੰ ਦਰਖਤ ਲਾਣੇ ਚਾਹੀਦੇ ਨੇ। ਵੀ ਜੇ ਤੁਸੀਂ ਸੜਕ ਬਣਾ ਰਹੇ ਹੋ ਚਬੀਲ ਵੀ ਨਹੀਂ ਬੋਣਾ, ਚਬੀਲ ਲੰਘ ਗਈ ਜੀ ਗਲੰਗਲਾਂ ਚ। ਹੁਣ ਮੰਮੀ ਸਾਡੇ ਪਿੱਛੇ ਬੈਠੇ ਨੇ ਬੜੇ ਆਰਾਮ ਦੇ ਨਾਲ, ਸ਼ਾਂਤ ਸੁਭਾਅ ਦੇ ਨਾਲ, ਡੈਡੀ ਵੀ ਨਾਲ ਬੈਠੇ ਆ, ਅਨੂ ਪ੍ਰਿੰਕਾ ਔਰ ਇਬਾਦਤ ਨੂੰ ਸਵਾਰੀ ਹੈ,
ਮਤਲਬ ਰਿਹਾ ਨੀ ਗਿਆ ਵੀ ਫੋਟੋ ਖਿੱਚਣ ਵੀਡੀਓ ਬਣਾਉਣ ਲੱਗੇ, ਮੈਂ ਕਿਹਾ ਬਣਾ ਲਈਏ। ਪੈ ਗਏ ਜੀ ਅਸੀਂ ਇੱਕ ਐਸੇ ਰਸਤੇ ਤੇ ਜਿੱਥੇ ਜਾਣ ਦਾ ਇੱਕ ਬੜਾ ਹੀ ਮਨ ਕਰਦਾ ਸੀ ਬੜੇ ਚਿਰ ਤੋਂ, ਤੇ ਉੱਥੇ ਪਹੁੰਚਣ ਵਾਲੇ ਹਾਂ। ਬਸ ਰਸਤਾ ਬੜਾ ਵਧੀਆ ਜਿਹਾ ਪਿੰਡਾਂ ਵਾਲਾ ਜੋ ਹੁੰਦਾ, ਬਾਕੀ ਸਾਰੇ ਪਿੰਡਾਂ ਦੇ ਰਸਤੇ ਹੁੰਦੇ ਨੇ ਇੱਦਾਂ ਦੇ। ਹੁਣ ਉਤਰਨ ਲੱਗਿਆ ਜੀ ਆਪਾਂ ਆਫ ਰੋਡਿੰਗ ਵਾਲੇ ਰਸਤੇ ਦੇ ਉੱਪਰ, ਬਿਲਕੁਲ ਕੱਚਾ ਰਸਤਾ। ਓਏ ਹੋਏ 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 ਹੋਏ, ਕਿਆ ਬਾਤ ਹੈ, ਕਿਹੜੇ ਜੰਗਲਾਂ ਚ ਵੜਿਆ ਏ। ਸਹੀ ਗੱਲ ਹੈ, ਆਫ ਰੋਡਿੰਗ ਵਾਲਾ ਹੀ ਰਸਤਾ, ਬਾਕੀ ਆਫ ਰੋਡਿੰਗ ਵਾਲਾ ਰਸਤਾ ਹੈ ਨਾ। ਕਮਾਲ ਹੋ ਗਿਆ, ਪਹਿਲੀ ਵਾਰ ਇਹੋ ਜਿਹੇ ਰਸਤੇ ਤੇ ਗੱਡੀ ਆਈ ਹੈ ਤੇ ਵਧੀਆ ਲੱਗ ਰਿਹਾ। ਗੱਡੀ ਵੀ ਟੈਸਟ ਹੋ ਜਾਏਗੀ ਕਿ ਨਹੀਂ। ਬਹੁਤ ਸੋਹਣਾ, ਬਹੁਤ ਸੋਹਣਾ ਰਸਤਾ। ਪੁੱਛ ਲਾਂ ਕਿਸੇ ਨੂੰ ਵੈਸੇ, ਹੈ ਨਾ, ਕਿਤੇ ਪਤਾ ਲੱਗਿਆ ਕਿਸੇ ਮੋਟਰ ਤੇ ਆ ਕੇ ਰਸਤਾ ਮੁੱਕ ਜੇ। ਕਿੰਨੀਆਂ ਮੱਝਾਂ ਨੇ ਇੱਥੇ। ਇੱਕ ਮੂਵੀ ਵਿੱਚ ਇਹਦਾ ਟੋਬਾ ਜਿਹਾ ਦਿਖਾਇਆ ਸੀ, ਵੇਖੀ ਪੰਜਾਬੀ ਮੂਵੀ ਵਿੱਚ ਨਾ, ਹੈਗਾ ਇਦਾਂ ਦਾ ਵਿਊ ਮੈਨੂੰ ਲੱਗਦਾ ਮੇਰੇ ਸਾਹ ਜਿਹੜੀ ਅਮਰਿੰਦਰ ਗਿੱਲ ਦੀ ਫਿਲਮ ਦੀ ਬਹੁਤ ਆਹੋ 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 ਹੈਗੀ ਹੈ ਇਦਾਂ ਦੇ ਬਹੁਤ। ਇਧਰ ਮੁੰਡੇ ਲੋ ਜੀ ਮੱਝਾਂ ਨਵਾ ਰੀਆਂ ਕਿੰਨਾ ਹੁਣ। ਓ ਹੋ ਹੋ ਹੋ, ਕੀ ਬਾਤ ਹੈ ਜੀ, ਨਜ਼ਾਰੇ ਲੈ ਰੀਆਂ ਕਿ ਨਹੀਂ ਨਜ਼ਾਰੇ ਮੱਝਾਂ ਦਾ। ਸਵਿਮਿੰਗ ਪੂਲ ਆਏ ਇਹ ਪੁਰਾਣੇ ਜ਼ਮਾਨੇ 'ਚ ਆਪਣੇ ਉੱਧਰ ਹੁੰਦਾ ਸੀ, ਹੁਣ ਇੱਧਰ ਹੁਣ ਹੈ, ਹੁਣ ਹੈ ਨਹੀਂ। ਲਾ ਜੀ ਆਹ ਵੜ ਗਏ ਜੀ ਜੰਗਲ ਦੇ ਵਿੱਚ, ਤੇ ਤੁਸੀਂ ਆਈਡੀਆ ਲਾ ਲਿਆ ਹੋਣਾ ਕਈਆਂ ਜਿਹੜੇ ਨੇ ਵੀ ਆਪਾਂ ਕਿੱਥੇ ਆਏ ਹਾਂ। ਕੀ ਬਾਤ ਹੈ ਜੀ, ਕੀ ਬਾਤ ਹੈ, ਮਤਲਬ ਵਧੀਆ ਏਰੀਆ ਯਾਰ, ਦੇਖੋ ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ ਏਰੀਆ। ਕੱਚੀ ਪਈ ਜਾ ਰਹੀ ਹੈ ਔਰ ਪਈ ਦੇ ਵਿੱਚ ਆਪਾਂ ਨਿਕਲ ਕੇ ਜਾ ਰਹੇ ਹਾਂ, ਆਸੇ ਪਾਸੇ ਜੰਗਲ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਉਦਾਂ ਜਿਵੇਂ ਉਹ ਆਪਾਂ ਕਿਸ ਗਾਰਡਨ 'ਚ ਨਹੀਂ ਜਾਂਦੇ ਸੀ ਇੱਥੇ ਸ਼ੁਤਰਮੁਰਗ ਗੱਡੀ ਜਾਣ ਦੇਣੀ ਅੰਦਰ। ਓਕੇ ਓਕੇ, ਆਪਾਂ ਆਏ ਜੀ ਗੁਰਦੁਆਰਾ ਤੋਪਾ ਬੰਦ ਦੇ ਵਿੱਚ ਟੱਕੀ ਸਾਹਿਬ, ਤੇ ਵੈਲਕਮ ਇੱਥੇ। ਮੈਨੂੰ ਲੱਗਦਾ ਪਾਰਕਿੰਗ ਇੱਥੇ ਹੀ ਗੱਡੀਆਂ ਲਾਣੀਆਂ ਨੇ, ਪਾਰਕਿੰਗ ਏਰੀਆ ਇੱਧਰ ਹੈ। ਤੇ ਪਾਰਕਿੰਗ ਏਰੀਆ ਕਿੱਥੇ, ਗੱਡੀ ਹੈ ਪਾਰਕਿੰਗ ਲੱਗੀ ਕਿਤੇ, ਅੰਦਰ ਜਾਣ ਦੇਣਗੇ ਜੇ ਰਿਕੁਐਸਟ ਕਰਕੇ ਚਲੇ ਜਾਈਏ ਅੰਦਰ। ਇੱਧਰ ਫਿਰ ਇੱਧਰ ਚਲੇ ਜਾਣਾ ਪਾਰਕਿੰਗ, ਪਾਰਕਿੰਗ ਏਰੀਆ ਤੋਪਾਬੰਦ ਟੱਕੀ ਸਾਹਿਬ। ਆਪਾਂ ਆਏ ਜੀ ਗੁਰਦੁਆਰਾ ਟੱਕੀ ਸਾਹਿਬ ਤੋਪਾਬੰਦ, ਉੱਥੇ ਜਿੱਥੇ ਆਪਾਂ ਰੀਲਸ ਕਾਫੀ ਦੇਖਦੇ ਸੀ ਕਿ ਇੱਥੇ ਮਤਲਬ ਜੰਗਲ ਵਾਲਾ ਏਰੀਆ, ਜੰਗਲ ਦੇ ਵਿੱਚ ਕਾਫੀ ਜਿਹੜੇ ਜਾਨਵਰ ਨੇ, ਜੀਵ ਨੇ, ਅਤੇ ਨਾਲ ਜਿਹੜੇ ਇੱਥੋਂ ਦੇ ਸੰਤ ਨੇ ਜਿਹੜੇ ਇੱਥੇ ਬਾਬਾ ਦਰਸ਼ਨ ਸਿੰਘ ਜੀ ਨੇ, ਉਹ ਉਹਨਾਂ ਦੀ ਵੀਡੀਓਜ਼ ਆਪਾਂ ਕਾਫੀ ਦੇਖੀਆਂ। ਪਹਿਲੀ ਵਾਰ ਆਏ ਸੀ ਤੇ ਪਹਿਲਾਂ ਸਾਨੂੰ ਨਹੀਂ ਪਤਾ ਸੀ ਇਸ ਗੁਰਦੁਆਰਾ ਸਾਹਿਬ ਬਾਰੇ, ਸੋ ਸਾਨੂੰ ਬਹੁਤ ਵਧੀਆ ਲੱਗਿਆ ਇਹ ਏਰੀਆ ਵੀ ਇੱਥੇ ਜਾਣਾ ਚਾਹੀਦਾ ਇੱਕ ਵਾਰੀ, ਹੈ ਨਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਇੱਥੇ, ਅਤੇ ਗੁਰਦੁਆਰਾ ਸਾਹਿਬ ਦਾ ਮੱਥਾ ਟੇਕਦੇ ਹਾਂ ਅਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ। ਗੱਡੀ ਦੀ ਗੱਲ ਕਰਾਂ, ਗੱਡੀ ਦੀ ਪਾਰਕਿੰਗ ਇੱਥੇ ਸਾਈਡ ਜੀ 'ਤੇ ਕਰ ਦਿੱਤੀਆਂ ਨੇ, ਬਾਕੀ ਇੱਥੋਂ ਅੱਗੇ ਤੁਰ ਕੇ ਜਾਣ ਦਾ ਰਸਤਾ, ਅੱਗੇ ਗੱਡੀ ਅਲਾਊਡ ਨਹੀਂ ਗਈ ਓਬਵੀਅਸਲੀ ਗੱਲ, ਕਿਉਂਕਿ ਜਾਨਵਰ ਨੇ ਆਉਂਦੇ ਅਤੇ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ। ਬਹੁਤ ਸੋਹਣਾ ਰਸਤਾ ਜੀ, ਆਹ ਝੌਂਪੜੀ ਬਣਾਈ ਹੋਈ ਹੈ ਇੱਥੇ ਮੇਰੇ ਖਿਆਲ 'ਚ, ਜੇ ਤੁਸੀਂ ਕੋਈ ਸਮਾਨ ਵਗੈਰਾ ਲੈਣਾ ਤਾਂ ਲੈ ਸਕਦੇ ਹੋ। ਆਹ ਕੱਚਾ ਰਸਤਾ ਆਇਆ ਇੱਧਰੋਂ, ਇੱਧਰ ਪਾਰਕਿੰਗ ਹੈ ਅਤੇ ਇੱਥੋਂ ਐਂਟਰੀ ਕਰ ਸਕਦੇ ਹਾਂ ਆਪਾਂ।
ਆਪਾਂ ਕਿਧਰਲੀ ਸਾਈਡ ਤੋਂ ਜਾਣਾ ਆ ਦੋ ਓਕੇ ਇੱਧਰ ਦਰਬਾਰ ਸਾਹਿਬ ਦਾ ਰਸਤਾ ਅਤੇ ਇੱਧਰ ਲੰਗਰ ਸਾਹਿਬ ਦਾ ਲੰਗਰ ਹਾਲ ਦਾ ਹੈ ਨਾ ਚਲੀ ਫਿਰ ਦਰਬਾਰ ਸਾਹਿਬ ਦਾ ਰਸਤਾ ਲਿਖਿਆ ਵੀ ਹੋਇਆ ਸਹੀ ਗੱਲ ਹੈ ਚਲੋ ਜੀ ਬਹੁਤ ਸੋਹਣਾ ਦੋਸਤੋ ਸੱਚੀ ਕਹਿ ਰਿਹਾ ਬਹੁਤ ਸੋਹਣਾ ਦ੍ਰਿਸ਼ ਜੇ ਕਿਤੇ ਬੱਦਲ ਹੁੰਦਾ ਨਾ ਬੱਦਲ ਬਾਈ ਤਾਂ ਹੋਰ ਜ਼ਿਆਦਾ ਵਧੀਆ ਲੱਗਣਾ ਸੀ ਪਤਾ ਨਹੀਂ ਹੁਣ ਵੀਡੀਓਜ਼ ਦੇ ਵਿੱਚ ਤੁਹਾਨੂੰ ਕਿੱਦਾਂ ਦਾ ਫੀਲ ਆ ਰਿਹਾ ਹੋਣਾ ਵਾਸ਼ਰੂਮਸ ਵੀ ਇੱਦਾਂ ਨੇ ਜਿਵੇਂ ਆਪਾਂ ਕਿਰਨ ਯਾਦ ਹੈ ਉੱਧਰ ਗਏ ਸੀ ਪਤਾ ਨਹੀਂ ਗਜ਼ ਰੀਟਰੀਟ ਗਏ ਸੀ ਉੱਥੇ ਵੀ ਐਵੇਂ ਦਾ ਹੀ ਜੰਗਲ ਟਾਈਪ ਰਿਜ਼ੋਰਟ ਬਣਿਆ ਹੋਇਆ ਸੀ ਹੈ ਨਾ ਪਰ ਆਹ ਜਿਵੇਂ ਮਿੱਟੀ ਦੇ ਉਹ ਬਣਾ ਰੱਖੇ ਜਿਵੇਂ ਮਿੱਟੀ 'ਚ ਛੱਤਾਂ ਪਾਈਆਂ ਹੋਈਆਂ ਨੇ ਵਾਸ਼ਰੂਮਸ ਵੀ ਬਹੁਤ ਸੋਹਣੇ ਨੇ ਹੈ ਨਾ ਇੱਧਰ ਸਾਰੇ ਪਾਸੇ ਜੰਗਲ ਹੀ ਜੰਗਲ ਹੈ ਦੋਸਤੋ ਕਾਫੀ ਜੰਗਲ ਹੈ ਜੰਗਲ ਦੇ ਵਿੱਚ ਆਹ ਇੱਥੋਂ ਦੇ ਜਿਹੜੇ ਬਾਬਾ ਜੀ ਨੇ ਉਹਨਾਂ ਦੀ ਤਸਵੀਰਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਨੇਚਰ ਬਹੁਤ ਵਧੀਆ ਨੇਚਰ ਪ੍ਰਮੋਟ ਕੀਤਾ ਹੋਇਆ ਇੱਥੇ ਬਹੁਤ ਵਧੀਆ ਗੱਲ ਲੱਗੀ ਮੈਨੂੰ ਵੀ ਇਹ ਨਹੀਂ ਵੀ ਕੋਈ ਵੀ ਇਮਾਰਤਾਂ ਵੱਡੀਆਂ ਵੱਡੀਆਂ ਬਣਾ ਕੇ ਉਸ ਤਰੀਕੇ ਦਾ ਪੇਸ਼ ਕੀਤਾ ਗਿਆ ਜੋ ਇੱਕ ਨੈਚੁਰਲ ਲਿਵਿੰਗ ਹੈਗਾ ਨੈਚੁਰਲ ਸਟੈਂਡਰਡ ਹੈ ਉਹਨੂੰ ਪੂਰਾ ਮੇਨਟੇਨ ਕੀਤਾ ਗਿਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵੀ ਮੈਨੂੰ ਲੱਗਦਾ ਇੱਕ ਏਰੀਆ ਬਣਿਆ ਹੋਇਆ ਇੱਥੇ ਨਾ ਅੰਗਲੇ ਰੰਗ 'ਚ ਲਾਏ ਨੇ ਇੱਥੇ ਕੋਈ ਜਾਂ ਤਾਂ ਕੋਈ ਜਾਨਵਰ ਰੱਖਿਆ ਹੋਣਾ ਪਹਿਲਾਂ ਉਹਦਾ ਜਾਨਵਰ ਦਾ ਏਰੀਆ ਬਣਾਇਆ ਹੋਇਆ ਕਿਸੇ ਦਾ ਆਹ ਦੇਖੋ ਆਹ ਪੂਰਾ ਬਾਉਂਡਰੀ ਬਣਾਈ ਹੋਈ ਹੈ ਇਸ ਏਰੀਏ ਨੂੰ ਥੋੜ੍ਹੀ ਜਿਹੀ ਆਹ ਦੇਖੋ ਆਹ ਲਗਾ ਕੇ ਨਾ ਐਂਟਰੀ ਬਣਾਈ ਹੋਈ ਹੈ ਅੱਛਾ ਠੰਡਕ ਫੀਲ ਹੋ ਰਹੀ ਹੈ ਪਤਾ ਕੀ ਚੱਕਰ ਹੈ ਚੱਕਰ ਪਤਾ ਕੀ ਹੈ ਕਿਉਂਕਿ ਇੱਥੇ ਦਰਖਤ ਬਹੁਤ ਨੇ ਗੱਡੀਆਂ ਦਾ ਪੋਲਿਊਸ਼ਨ ਵਧੀਆ ਕੀਤਾ ਇਹਨਾਂ ਨੇ ਗੱਡੀਆਂ ਵੀ ਬਾਹਰ ਲਾ ਕੇ ਆਓ ਅੰਦਰ ਨਾ ਲੈ ਕੇ ਆਓ ਕਿਉਂਕਿ ਅੰਦਰ ਫਿਰ ਉਹ ਹੋ ਜਾਏਗਾ ਨਾ ਪੋਲਿਊਸ਼ਨ ਹੋ ਜਾਣਾ ਗੱਡੀਆਂ ਦਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਬਹੁਤ ਸੋਹਣਾ ਏਰੀਆ ਬਣਾਇਆ ਹੋਇਆ ਇਹ ਗੱਡੀਆਂ ਵਧੀਆ ਨੇ ਦੋਸਤੋ ਲਿਆਓ ਵੀ ਨਾ ਅੰਦਰ ਕਦੇ ਮੈਂ ਵੈਸੇ ਗੱਲ ਕਰ ਰਹੇ ਸੀ ਨਾ ਜੇ ਪਰਮਿਸ਼ਨ ਲੈ ਕੇ ਅੰਦਰ ਚਲੇ ਜਾਂਦੇ ਹਾਂ ਪਰਮਿਸ਼ਨ ਮਿਲੇ ਵੀ ਤਾਂ ਵੀ ਨਾ ਜਾਓ ਕੀ ਫਾਇਦਾ ਹੈ ਨਾ ਇੱਧਰ ਫੋਟੋ ਖਿੱਚਣੀ ਮਨਾ ਕੀਤੀ ਹੋਈ ਹੈ ਅਤੇ ਇੱਧਰ ਘੋੜੇ ਨੇ ਮੈਨੂੰ ਲੱਗਦਾ ਘੋੜੀਆਂ ਹੈ ਨਾ ਰੱਖਿਆ ਹੋਣਗੀਆਂ ਇੱਧਰ ਓਪਨ ਹੀ ਰੱਖੀਆਂ ਹੋਈਆਂ ਨੇ ਘੋੜੀਆਂ ਦਾਣਾ ਦੂਣਾ ਵਧੀਆ ਉਹਨਾਂ ਦਾ ਬਣਾ ਕੇ ਰੱਖਿਆ ਅੱਛਾ ਕਿੰਨਾ ਸੋਹਣਾ ਏਰੀਆ ਕਿਰਨ ਅੰਦਰ ਜੇ ਬਾਅਦ ਦੇਖਿਆ ਜਾਵੇ ਨਾ ਬਹੁਤ ਸੋਹਣਾ ਏਰੀਆ ਅੰਦਰ ਖੁੱਲ੍ਹਾ ਫੋਟੋ ਖਿੱਚਣੀ ਹੈ ਵਾਪਸੀ 'ਚ ਖਿੱਚਾਂਗੇ ਹੁਣ ਤਾਂ ਕੀ ਪਤਾ ਉੱਧਰੋਂ ਵੀ ਸਾਈਡ ਹੋਵੇ ਹੋਵੇ ਸਹੀ ਗੱਲ ਹੈ ਇਹ ਸਹੀ ਗੱਲ ਹੈ ਇੱਥੇ ਬਹੁਤ ਹੀ ਵਧੀਆ ਮੈਸੇਜ ਦਿੱਤੇ ਗਏ ਨੇ ਦੇਖੋ ਕਿੰਨਾ ਸੋਹਣੀ ਚੀਜ਼ ਹੈ ਇੱਧਰ ਰੁੱਖ ਰੁੱਖ ਪੌਦੇ ਕੁਦਰਤ ਦਾ ਸ਼ਿੰਗਾਰ ਬਹੁਤ ਵਧੀਆ ਇਹਨਾਂ ਪੰਛੀਆਂ ਵਾਸਤੇ ਪਾਣੀ ਦੀ ਵਿਵਸਥਾ ਵੀ ਕੀਤੀ ਗਈ ਹੈ ਆਹ ਬਾਬਾ ਜੀ ਦੀ ਫੋਟੋ ਵਾਹ ਜੀ ਵਾਹ ਇੱਧਰ ਊਂਠ ਨੇ ਹੈ ਨਾ ਜਾਨਵਰ ਕਾਫੀ ਰੱਖੇ ਨੇ ਇੱਥੇ ਛੋਟੇ ਊਂਠ ਦੇ ਬੱਚੇ ਵੀ ਨੇ ਹਾਂ ਊਂਠ ਉੱਥੇ
ਇੱਥੇ ਰਹਿੰਦੇ ਹੋਣਗੇ ਨਾ, ਮੈਨੂੰ ਮੈਨੂੰ ਨਹੀਂ ਲੱਗਦਾ ਸੀ ਵੀ ਇੱਥੇ ਮਤਲਬ ਇਹ ਗਰਮੀ ਲੱਗਦੀ ਹੋਊਗੀ ਜਿਹੜੇ ਰਹਿੰਦੇ ਹੋਣਗੇ। ਸਹੀ ਗੱਲ ਹੈ, ਊਂਟ ਦੇ ਬੱਚੇ ਵੀ ਨੇ ਇੱਥੇ ਕੋਈ। ਸਹੀ ਗੱਲ, ਇੱਥੇ ਗਰਮੀ ਵਾਲਾ ਮੈਨੂੰ ਨਹੀਂ ਲੱਗਦਾ ਵੀ ਮੌਸਮ ਹੋਏਗਾ ਵੀ ਇੱਥੇ ਗਰਮੀ ਲੱਗਦੀ ਹੋਣੀ, ਕਿਉਂਕਿ ਆਪਾਂ ਤੁਰ ਰਹੇ ਹਾਂ ਆਪਾਂ ਨੂੰ ਫੀਲ ਨਹੀਂ ਹੋ ਰਹੀ ਨਹੀਂ ਗਰਮੀ। ਜੋੜਾ ਕਰ ਜੋੜਾ ਕਰ, ਦੇਖੋ ਕਿੰਨਾ ਸੋਹਣਾ ਬਣਾਇਆ ਅੰਦਰ। ਅੱਛਾ ਲੱਗਦਾ ਨਹੀਂ, ਛੋਟਾ ਫਿਰ ਸਲਿਪ ਕਰ ਜਾਂਦਾ, ਵੱਡਾ ਪਰਨਾ ਇਹ ਠੀਕ ਰਹਿੰਦਾ, ਪੱਖਾ ਲੱਗਾ ਉੱਪਰ। ਇੱਥੋਂ ਐਂਟਰੀ ਹੈ ਜੀ ਗੁਰਦੁਆਰਾ ਸਾਹਿਬ ਦੀ, ਦਰਬਾਰ ਸਾਹਿਬ ਦੀ, ਹੈ ਨਾ। ਆਵਾਜ਼ ਦੇਖੋ ਚਿੜੀਆਂ ਦੀ ਕਿੱਡੀ ਸੋਹਣੀ ਆ ਰਹੀ ਹੈ ਨਾ। ਸਾਹਮਣੇ ਦਰਬਾਰ ਸਾਹਿਬ, ਮਹਾਰਾਜ ਜੀ ਦਾ ਸਰੂਪ ਸਰੂਪ ਪਾਵਨ। ਮੈਂ ਕਹਿੰਦਾ ਪਹਿਲਾਂ ਮੱਥਾ ਟੇਕ ਲਈਏ। ਹਾਂ ਇੱਧਰ ਲੰਗਰ ਹੈ। ਲੰਗਰ ਕੁਟੀਆ ਸ਼ਾਂਤੀ ਦੇਖੋ ਇਹਦੇ ਕਿਰਨ, ਹੈਨਾ। ਆਵਾਜ਼ਾਂ ਚਿੜੀਆਂ ਦੀਆਂ ਪਕਸ਼ੀਆਂ ਦੀਆਂ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਵਾਹਿਗੁਰੂ। ਐਂਟਰੀ ਦੇਖੇ ਦਰਬਾਰ ਸਾਹਿਬ ਦੀ, ਇੱਥੇ ਨਲਕਾ ਲੱਗਿਆ। ਵਾਹਿਗੁਰੂ ਵਾਹਿਗੁਰੂ। ਪੂਰਾ ਪੂਰਾ ਪੁਰਾਣੇ ਜ਼ਮਾਨੇ ਵਾਂਗੂ ਟ੍ਰੈਡੀਸ਼ਨਲ ਚੀਜ਼ਾਂ ਦੋਸਤੋ, ਬਹੁਤ ਸੋਹਣਾ, ਬਹੁਤ ਹੀ ਅਦਭੁਤ। ਨਾਲੇ ਬਹੁਤ ਸੋਹਣਾ ਰੱਥ ਖੜਾ ਇੱਥੇ, ਹੈ ਨਾ। ਇਹਦੇ ਸਮਾਗਮ ਹੁੰਦੇ ਨੇ ਹਰ ਹਫ਼ਤੇ, ਹਰ ਸੰਡੇ ਦੀ ਸੰਡੇ। ਸਾਹਮਣੇ ਦਰਬਾਰ ਸਾਹਿਬ ਦੀ ਸਥਾਪਨਾ। ਜਿਹੜੀ ਖਾਸ ਗੱਲ ਮੈਨੂੰ ਆਹ ਲੱਗੀ ਨਾ, ਪਕਸ਼ੀਆਂ ਦੇ ਹਰੇਕ ਦੇ ਆਲਣੇ ਬਣਾਏ ਹੋਏ ਨੇ ਇੱਥੇ, ਵੀ ਪਕਸ਼ੀ ਆ ਕੇ ਆਰਾਮ ਨਾਲ ਇੱਥੇ ਬੈਠ ਸਕਣ ਮੀਂਹ ਬਾਰਿਸ਼ਾਂ ਦੇ ਵਿੱਚ। ਇੱਧਰ ਜੰਗਲ ਜੰਗਲ, ਪੂਰਾ ਪੁਰਾਣਾ ਵਾਤਾਵਰਨ ਨੂੰ ਵੀ ਪੂਰਾ ਵਧੀਆ ਰੱਖਿਆ ਗਿਆ, ਪੁਰਾਣਾ ਕਲਚਰ ਕਿ ਜਿਵੇਂ ਜੰਗਲ ਦੇ ਵਿੱਚ ਪ੍ਰੋਪਰ ਜਿਵੇਂ ਤਪੱਸਿਆ ਹੁੰਦੀ ਮੰਮੀ, ਪੂਰਾ ਹੀ ਜੰਗਲ ਵਾਲਾ ਏਰੀਆ ਦੋਸਤੋ, ਜ਼ਰੂਰ ਆਇਓ ਤੁਸੀਂ ਇੱਕ ਵਾਰੀ। ਪਿੱਛੇ ਆ ਟੂਟੀਆਂ ਲੱਗੀਆਂ ਨੇ, ਲੰਗਰ ਹਾਲ ਪੁਰਾਣੀਆਂ ਚੀਜ਼ਾਂ ਨੇ ਦੇਖਿਆ ਜਿਵੇਂ। ਵਾਹ ਜੀ ਵਾਹ, ਲੱਸੀ ਰਿੜਕਣ ਨੂੰ ਮਧਾਣੀਆਂ, ਕਿੰਨਾ ਵਧੀਆ ਤਰੀਕੇ ਨਾਲ ਰੱਖਿਆ ਹੋਇਆ, ਪੁਰਾਣਾ ਪੁਰਾਣਾ ਬਿਲਕੁਲ ਪੁਰਾਣਾ। ਇੱਥੋਂ ਦੀ ਹਿਸਟਰੀ ਹੈ ਦੋਸਤੋ, ਤੁਸੀਂ ਪੜ੍ਹ ਸਕਦੇ ਹੋ ਪੋਜ਼ ਕਰਕੇ, ਇਤਿਹਾਸ ਜਿਹੜਾ ਹੈਗਾ।
ਇਹ ਬਾਦਲ ਚਿੜੀਆਂ ਨਾਲ ਖੇਡ ਰਹੀ ਹੈ। ਪੁਰਾਤਨ ਘਰ ਹੈਗਾ, ਉਹ ਵੀ ਦੇਖਣਾ, ਉਹ ਉਧਰਲੀ ਸਾਈਡ ਪਿੱਛੇ ਵੇਖ ਕੇ। ਹਾਂ ਦੇਖਦੇ ਹਾਂ, ਪੁਰਾਣੀਆਂ ਚੀਜ਼ਾਂ ਨੇ ਉਹਦੇ 'ਚ। ਆਹ ਝੌਂਪੜੀ ਦੇ ਵਿੱਚ ਕੀ ਰੱਖਿਆ ਹੋਣਾ। ਪੁਰਾਣਾ ਜਿਵੇਂ ਟੋਕਾ ਪਿਆ, ਪੁਰਾਤਨ ਘਰ। ਕਿੱਦਾਂ ਸੰਗਤ, ਉਹ ਬਹੁਤ ਵਧੀਆ। ਗਰਮੀ ਬਹੁਤ ਹੋ ਗਈ ਹੁਣ, ਬਹੁਤ ਪਸੀਨੇ ਨਾਲ ਦੇਖੋ ਹਾਲਤ ਕੀ ਹੋਈ ਕਿਰਨਦੀਪ ਬਹਾਦਰ ਦੀ। ਅਛੋਨੇ ਅਛੋਨੇ ਇੱਕੋ ਤਾਂ ਅਚਾਨਕ ਨਹੀਂ ਹੋਈ ਮੰਮੀ, ਜਦੋਂ ਆਏ ਉਦੋਂ ਨਹੀਂ ਲੱਗੀ ਹੈ ਨਾ, ਜਦ ਕਿ ਉਸ ਟਾਈਮ ਲੱਗਣੀ ਚਾਹੀਦੀ ਸੀ ਕਿਉਂਕਿ ਆਪਾਂ ਗੱਡੀ ਤੋਂ ਉਤਰੇ ਸੀ, ਪਰ ਹੁਣ ਜ਼ਿਆਦਾ ਹੀ ਲੱਗੀ ਰੋਟੀ ਖਾਣ ਤੋਂ ਬਾਅਦ ਬਹੁਤ ਜ਼ਿਆਦਾ। ਚਲੀ ਫਿਰ, ਚਲੋ ਫਿਰ ਟਾਈਮ ਸਿਰ ਤੁਰੀਏ, ਆ ਜਾਓ। ਵਾਪਸ ਆ ਰਹੇ ਹਾਂ ਜੀ, ਆਹ ਨਵਾਂ ਰੂਟ ਲਿੱਤਾ ਹੈ ਸਾਡੀ ਜਿਹੜੀ ਗੂਗਲ ਵਾਲੀ ਤਾਈ ਹੈ, ਉਹਨੇ ਨਵਾਂ ਰੂਟ ਬਣਾਤਾ, ਪਰ ਇਹ ਵੀ ਬੜਾ ਵਧੀਆ ਸਿੰਗਲ ਰੋਡ, ਦਰਖਤ ਬਹੁਤ ਨੇ, ਬੜਾ ਇਹ ਅੱਛੀ ਗੱਲ ਹੈ। ਸਿਰ ਦੇ ਉੱਤੇ ਤੱਕ ਮਤਲਬ ਦਰਖਤ ਆਏ ਹੋਏ ਨੇ ਹਨਾ। ਪਰ ਇਹ ਹੈ ਕਿ ਜੇ ਕਿਤੇ ਗੌਰਮੈਂਟ ਨੇ ਇੱਥੇ ਚੌੜੀ ਸੜਕ ਕਰਨ ਦੀ ਸੋਚੀ ਤਾਂ ਬਈ ਜਿਹੜੀ ਵੀ ਗੌਰਮੈਂਟ ਹੋਏਗੀ, ਤੁਸੀਂ ਜਿਹੜੇ ਇਲਾਕਿਆਂ ਦੇ ਬੰਦੇ ਹੋ ਕਹਿ ਦਿਆ ਕਰੋ ਕਿ ਜੇ ਦਰਖਤ ਪੱਟ ਰਹੇ ਹੋ ਤਾਂ ਪਹਿਲਾਂ ਦਰਖਤ ਲਗਾਓ ਵੀ, ਹਨਾ, ਫਿਰ ਹੀ ਫਾਇਦਾ ਹੈ। ਬਾਕੀ ਦੋਸਤੋ ਗੁਰਦੁਆਰਾ ਸਾਹਿਬ ਜਾ ਰਹੇ ਢੱਕੀ ਸਾਹਿਬ, ਜਦੋਂ ਗਏ ਸੀ ਉਦੋਂ ਤਾਂ ਬੜਾ ਵਧੀਆ ਲੱਗਿਆ, ਸਾਰਾ ਕੁਝ ਮੱਥਾ ਟੇਕ ਕੇ ਵੀ ਵਧੀਆ ਲੱਗਿਆ। ਲੰਗਰ ਖਾਣ ਤੋਂ ਬਾਅਦ ਜਦੋਂ ਅਸੀਂ ਤੁਰੇ, ਓਏ ਹੋਏ ਇੰਨੀ ਗਰਮੀ ਫੀਲ ਹੋਈ ਨਾ, ਮਤਲਬ ਪਸੀਨੇ ਨਾਲ ਨਿਚੜ ਗਏ, ਪਤਾ ਨਹੀਂ ਕੀ ਚੱਕਰ ਹੈ ਵੀ ਗਰਮੀ। ਜਾਂ ਤਾਂ ਟਾਈਮ ਪੂਰਾ ਹੋ ਗਿਆ ਨਾ, 1 ਵੱਜ ਗਿਆ ਦੁਪਹਿਰ ਦਾ ਇੱਥੇ ਗੁਰਦੁਆਰੇ। ਵੈਸੇ ਤਾਂ ਚਲੋ ਗੁਰੂ ਦਾ ਘਰ ਤਾਂ ਜਦੋਂ ਮਰਜ਼ੀ ਤੁਹਾਡਾ ਦਿਲ ਕਰਦੇ ਆਉਣਾ ਚਾਹੀਦਾ, ਬਟ ਫਿਰ ਵੀ ਓਪਨ ਜਿਹੜੇ ਐਵੇਂ ਏਰੀਆ ਹੁੰਦੇ ਨੇ ਉੱਥੇ ਥੋੜ੍ਹਾ ਸਰਦੀ, ਥੋੜ੍ਹਾ ਮੌਸਮ ਠੰਡਾ ਹੋਵੇ ਨਾ, ਫਿਰ ਥੋੜ੍ਹਾ ਤੁਰਨ ਫਿਰਨ ਦਾ ਵਧੀਆ ਰਹਿੰਦਾ ਹੈ ਨਾ ਕਿਰਨ। ਬਾਕੀ ਮਾਲਕ ਜਿੱਥੇ ਹੁੰਦੇ ਨੇ, ਗੁਰੂ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੈ ਉੱਥੇ ਦਾ ਦੋਸਤੋ ਤੁਹਾਡੀ ਜਦੋਂ ਦਿਲ ਕਰੇ ਉਦੋਂ ਜਾਣਾ ਚਾਹੀਦਾ। ਵੈਸੇ ਸਾਡੀ ਕੋਈ ਗੱਲ ਨਹੀਂ, ਪਰ ਅਸੀਂ ਦੇਖ ਕੇ ਆਏ, ਸਾਨੂੰ ਬਹੁਤ ਆਨੰਦ ਆਇਆ, ਬਹੁਤ ਵਧੀਆ ਲੱਗਿਆ। ਅਸੀਂ ਹੁਣ ਵੈਸੇ ਜਾਣਾ ਸੀ ਇੱਕ ਤਾਂ ਰਾਣਾ ਸਾਹਿਬ ਗੁਰਦੁਆਰੇ ਤੇ ਇੱਕ ਮਾਛੀਵਾੜੇ ਸਾਹਿਬ। ਗਰਮੀ ਬਹੁਤ ਜ਼ਿਆਦਾ ਹੋ ਗਈ ਜਿਹਦੇ ਕਰਕੇ ਆਪਾਂ ਫਿਰ ਸੋਚਿਆ ਕਿ ਨਹੀਂ ਹੁਣ ਆਪਾਂ ਹੁਣ ਜੇ ਏਸੀ 'ਚ ਠੰਡੇ ਹੋਏ ਹੋਵਾਂਗੇ ਤੇ ਘਰੇ ਹੀ ਚੱਲਦੇ ਆ ਵਾਪਸ ਹੁਣ, ਕਿਉਂਕਿ ਜੇ ਫਿਰ ਨਿਕਲਾਂਗੇ ਫਿਰ ਗਰਮ ਤੱਤਾ ਗਰਮ ਠੰਡਾ, ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਇਬਾਦਤ ਕਰਕੇ ਥੋੜਾ ਜਿਹਾ ਇਹ ਵੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ ਵਾ ਸਾਨੂੰ, ਹਨਾ। ਸੋ ਇਸ ਕਰਕੇ ਅਸੀਂ ਸੋਚਿਆ ਕਿ ਚਲੋ ਇਹ ਆਪਾਂ ਇਹ ਗੁਰਦੁਆਰਾ ਸਾਹਿਬ ਆਏ ਸੀ, ਦਰਸ਼ਨ ਕਰ ਲਏ, ਵਧੀਆ ਬਹੁਤ ਵਧੀਆ ਲੱਗਾ ਇੱਥੇ ਆ ਕੇ। ਫਸਟ ਟਾਈਮ ਆਏ ਹਾਂ, ਦੇਖੇ ਸੀ ਅੱਜ ਤੱਕ ਇੰਸਟਾਗ੍ਰਾਮ 'ਤੇ ਵੀਡੀਓਜ਼ ਇੱਥੋਂ ਦੀਆਂ, ਅਤੇ ਬਹੁਤ ਵਧੀਆ ਲੱਗਾ। ਸੋ ਇਸ ਕਰਕੇ ਹੁਣ ਆਪਾਂ ਅਸੀਂ ਘਰੇ ਹੀ ਜਾਂਦੇ ਹਾਂ, ਦੁਪਹਿਰ ਦੇ ਟਾਈਮ ਤੱਕ ਅਸੀਂ 2 ਵਜੇ ਤੱਕ ਪਹੁੰਚ ਜਾਂਗੇ ਅਤੇ ਰੈਸਟ ਕਰਦੇ ਹਾਂ ਘਰ ਜਾ ਕੇ, ਫਿਰ ਮਿਲਦੇ ਹਾਂ ਤੁਹਾਨੂੰ ਅਸੀਂ ਸ਼ਾਮ ਨੂੰ ਟੀ ਟਾਈਮ 'ਤੇ। ਹੁਣ ਪਹੁੰਚਦੇ ਹਾਂ ਘਰੇ, ਇਬਾਦਤ ਪਿੱਛੇ ਬੈਠੀ ਨਾਨੀ, ਪਿੱਛੇ ਮਜ਼ਾ ਲੈ ਰਹੀ ਹੈ ਬੈਠੀ, ਵਧੀਆ ਮੈਂ ਦੇਖੋ ਜੀ, ਦੇਖੋ ਦੇਖੋ ਤਲਾਬ ਬਣ ਗਿਆ ਮੋਹਾਲੀ। ਓਏ ਹੋਏ ਹੋਏ, ਬੜਾ ਔਖਾ ਜੀ, ਪਤਾ ਨੀ ਕਿਧਰੋਂ ਕਿਧਰੋਂ ਨਿਕਲ ਕੇ ਆਇਆ, ਬੜੇ ਰਸਤੇ ਬੰਦ ਹੋ ਗਏ, ਮੀਂਹ ਇੰਨਾ ਜ਼ਿਆਦਾ ਪੈ ਗਿਆ।